ना जाओ यार फौजी मेरा भज गया फौजी बारे कहने तेन पता भाई तू भी इंग्लैंड जा के आया भाई गया सी गया सीगा तो तने कहने छेड़े फौजी नहीं नहीं तेरे को वीजा आना ना वीजा का अच्छा जो तो नवा नवा बंदा इंग्लैंड में जंदा ना बलैती सानू छेड़ दे आ गया भाई फौजी फ्रेंची आ गया ਹੈਗੀ ਤਾਂ ਚੰਗੀ ਗੱਲ ਨੀ ਹੈਗੀ ਆਪਣੇ ਬੰਦੇ ਨੂੰ ਫੌਜੀ ਛੱਡੀ ਜਾਂਦੇ ਫਿਰ ਛੱਡੀ ਜਾਂਦੇ ਹੈਗਾ ਜਿੱਦਾਂ ਆਪਣੇ ਬਿਹਾਰ ਤੋਂ ਬੰਦੇ ਆਉਂਦੇ ਨਾ ਕੰਮ ਕਰਨ ਆਪਾਂ ਉਹਨਾਂ ਨੂੰ ਪਿਆਰ ਨਾਲ ਜਾਂ ਜਿੱਦਾਂ ਭਈਆ ਕਹਿ ਦਿੰਦੇ ਹਾਂ ਇੱਦਾਂ ਇਹ ਮਤਲਬ ਸੇਮ ਹੀ ਨਿਕਲਦਾ ਪਰ ਮੈਂ ਕਹਿੰਦਾ ਮੈਂ ਹੈ ਫੌਜੀ ਹੈ ਫਰੇਸ਼ੀ ਤੁਸੀਂ ਕਰ ਲਓ ਜਿੱਦਾਂ ਲੱਗਦਾ ਭਈਆ ਕਹਿੰਦੇ ਭਈਏ ਨੂੰ ਕਿਹਾ ਇੱਦਾਂ ਭਈਆ ਹਾਂ ਹੈਗਾ ਦੱਸ ਬਈ ਬੰਦੇ ਨੇ ਕਹਿਣਾ ਨਹੀਂ ਮੁੜ ਕੇ ਸੋ ਮੈਂ ਤਾਂ ਇਹ ਰਣਨੀਤੀ ਅਪਣਾਈ ਮੈਂ ਤਾਂ ਆਪਣੇ ਮੈਂ ਕਿਹਾ ਹਾਂ ਫੌਜੀ ਦੇ ਕਰ ਲਓ ਤੁਸੀਂ ਜੋ ਕਰਨਾ ਹੁਣ ਲੱਗਦਾ ਤਾਂ ਹੀ ਮੈਨੂੰ ਜਾ ਕੇ ਇੰਡੀਆ ਮਾਰਿਆ ਕਿਸੇ ਬਲੈਤਨ ਬੀਬੀ ਦਾ ਫੌਜੀ ਭੱਜ ਜਾਂਦਾ ਫਰੈਸ਼ੀ ਫੌਜੀ ਵੀ ਬਹੁਤ ਤੰਗ ਹੁੰਦਾ ਬਲੈਤਨ ਬੀਬੀ ਤੋਂ ਜੋ ਪੈਸੇ ਕਮਾਉਂਦਾ ਚੱਲ ਬੀਬੀ ਚੱਲ ਜੇਬੀ ਚ ਐਨੀਵੇ ਗੱਲਾਂ ਦੀਆਂ ਗੱਲਾਂ ਗੱਲਾਂ ਹਰ ਫੌਜੀ ਹੁਣ ਇੱਕੋ ਜਿਹੀ ਨਹੀਂ ਹੁੰਦੀਆਂ ਫੌਜੀ ਵੀ ਬਹੁਤ ਚੰਗੇ ਆ ਮਾੜੇ ਵੀ ਹੈਗੇ ਆ ਬਲੈਤੀਏ ਵੀ ਬਹੁਤ ਚੰਗੇ ਆ ਮਾੜੇ ਵੀ ਹੈਗੇ ਆ ਬਲੈਤਰ ਬੀਬੀ ਦਾ ਫੌਜੀ ਭੱਜ ਜਾਂਦਾ ਉਹ ਸੋਹਰ ਤੇ ਲੱਭਦੀ ਫਿਰਦੀ ਮੈਨੂੰ ਟੱਕਰ ਜਾਂਦੀ ਆ ਕੰਨੀ ਕਹਿ ਰਹੀ ਸਾਨੂੰ ਹਾਂਜੀ ਫੌਜੀ ਦੇਖਿਆ ਇੱਥੇ ਮੈਂ ਕਿਹਾ ਬੀਬੀ ਮੈਂ ਦੇਖਿਆ ਨੀ ਉਹ ਕਿੱਦਾਂ ਰੌਲੇ ਪਾਉਂਦੀ ਆ ਹੋਏ ਗਾਣੇ ਵਿੱਚ ਆ ਜਾਵੇ